सतरी स्कूल स्कूल च पढ़दा मैं क्लास थर्ड च पढ़दा of Sant Nishad Singh Public School, Yamunanagar. It's a reputed school of the town where many of the students are studying, not only studying but they're groomed up for all the various activities. Dance, art, swimming, so many activities are there. Even the children are going for various activities out of the town even. They're going for various competitions, TV shows even. They're selected. So out of them, we have one talented student, Gurkirat Singh. Gurkirat Singh studying in our school, class 3. ये भी एक ऐसा बच्चा है जो एक अपनी ही कला से उभर के आया है. डांस का एक बहुत अच्छा पार्टिसिपेंट है. मगर अपनी डांस कला के साथ साथ ये स्टडीज में भी बहुत अच्छा है जो आई एम श्योर कि एक स्कूल का नाम भी रोशन करेगा इतने दम. और इस बच्चे की मैं दुआ करती हूँ, मैं विशेष देती हूँ कि ये आगे फाइनल राउंड तक जाके भी अपने आप को ऊपर करे और स्कूल का नाम भी रोशन करे. ना ही सिर्फ स्कूल का नाम बल्कि एक टाउन का नाम भी, यमुनानगर का नाम, सन्त निषद सिंह पब्लिक स्कूल का नाम भी ऊपर आएगा. थैंक यू. क्लास का स्टूडेंट है. गुरकीरत एक इज अ वेरी गुड चाइल्ड इन स्टडीज एंड इसका डांस में भी काफ़ी इंटरेस्ट है एंड ये स्केटिंग में भी बहुत अच्छा है. मेरी तरफ से शुभकामनाएं हैं ये लाइफ में सक्सेसफुल. एंड अ शॉर्टकट की बॉल इज अ कंट्रोल प्लस बी. ऐसा कंट्रोल प्लस बी. इटैलिक कंट्रोल प्लस वेरी गुड. इज इट इज द कंट्रोल इज आर द शॉर्टकट कीज यूज्ड इन एमएस वर्ड वर्ड पैड. ओके वर्ड प्रोसेसिंग सॉफ्टवेयर. इटैलिक मींस कंट्रोल प्लस आई. ग्रेट. अंडरलाइन मींस कंट्रोल प्लस यू. सेविंग कंट्रोल प्लस एस. एक्सटेंशन वी कॉल इट वी कॉल द डॉक्स वी कॉल द डॉक्स. I am Anindar Kaur. I am working in Sant Nishad Singh Public School as an activity in charge of junior wing. Gurkirat Singh of 3rd E. He is very good in dance. I organized and the activities of the school. Uska interest dance ke alawa skating mein bhi bahut hai. Otherwise he is very good as a human being also. And I am very happy that he is selected for as a finalist in the Kisme Kitna Hai Dam. Thank you.
ਮੈਨੂੰ ਪਕੜਾ ਪਾਣਾ ਬਹੁਤ ਵਧੀਆ ਲੱਗਦਾ ਮੈਂ ਸਕੂਲ 'ਚ ਵੀ ਪਕੜਾ ਪਾਤਾ ਮੈਂ ਐਨੂਅਲ ਫੰਕਸ਼ਨ 'ਚ ਵੀ ਕੀਤਾ ਸੀ ਪਾਰਟੀਸਪੇਟ ਅਤੇ ਮੈਂ ਸਭ 'ਚ ਕੇ ਕੇ ਐਚ ਡੀ 'ਚ ਵੀ ਪਾਰਟੀਸਪੇਟ ਕੀਤਾ ਸੀ ਜਿਸ 'ਚ ਮੈਂ ਸੈਮੀ ਫਾਈਨਲ ਅਤੇ ਕੁਆਟਰ ਫਾਈਨਲ ਜਿੱਤ ਕੇ ਆਇਆ ਅਤੇ ਮੈਂ ਅਗਲਾ ਪੰਜਾਬ ਅਤੇ ਹੈਵੀਵੇਟ ਬੱਲੀਏ ਜਾਂ ਪੋਚ ਪੋਚ ਭੰਗਾ ਤਾਂ ਮੈਂ ਕੀਤਾ ਹੈਗਾ ਅਤੇ ਮੈਨੂੰ ਪਕੜਾ ਪਾਉਣਾ ਬਹੁਤ ਵਧੀਆ ਲੱਗਦਾ ਮੈਂ ਟੀ ਵੀ ਕਦੇ ਐੱਲ ਈ ਡੀ ਆਪਣੀ ਚਲਾ ਕੇ ਦੇਈ ਐੱਲ ਈ ਡੀ ਚਲਾ ਕੇ ਕਦੇ ਮੈਂ ਪਕੜਾ ਪਾਉਣ ਲੱਗ ਜਾਂਦਾ ਆਪਣੇ ਸੋਫਿਆਂ 'ਚ ਅਤੇ ਜਦੋਂ ਵੀ ਮੈਨੂੰ ਅੱਛਾ ਕੋਈ ਚੰਗਾ ਜਿਹਾ ਗਾਣਾ ਲੱਗਦਾ ਅਤੇ ਮੈਂ ਉਹਨੂੰ ਵੀ ਚੂਜ਼ ਕਰ ਲੈਂਦਾ ਅਤੇ ਮੈਂ ਉੱਦਾਂ ਫਿਰ ਭੰਗੜਾ ਪਾਤਾ ਜਿਵੇਂ ਕਿ ਮੈਂ ਹੈਵੀਵੇਟ ਬੱਲੀਏ ਵਾਲਾ ਇੱਕ ਮੂਵੀ ਦੇਖੀ ਸੀ ਅਤੇ ਉਹਦੇ ਵਿੱਚ ਮੈਨੂੰ ਇਹ ਵਾਲਾ ਗਾਣਾ ਮਿਲਿਆ ਸੀ ਅਤੇ ਮੈਂ ਉਹਦੇ ਵਿੱਚ ਉਹ ਚੂਜ਼ ਕਰਕੇ ਫਿਰ ਮੈਂ ਉੱਦਾਂ ਭੰਗੜਾ ਪਾਇਆ ਕੇ ਕੇ ਐੱਚ ਡੀ 'ਚ ਮੈਨੂੰ ਹੋਰ ਵੀ ਚੀਜ਼ਾਂ ਅੱਛੀਆਂ ਲੱਗਦੀਆਂ ਜਿਵੇਂ ਕਿ ਪੜ੍ਹਾਈ ਅਤੇ ਸਕੇਟਿੰਗ ਅਤੇ ਸਾਈਕਲ ਚਲਾਉਣਾ ਅਤੇ ਫੁੱਟਬਾਲ ਅਤੇ ਕ੍ਰਿਕਟ ਮੈਂ ਸਭ 'ਤੇ ਪਾਰਟੀਸਪੇਟ ਵੀ ਕੀਤਾ ਜਿਵੇਂ ਕਿ ਹੋਰਸ ਰਾਈਡਿੰਗ 'ਤੇ ਵੀ ਯੋਗਾ 'ਚ ਵੀ ਅਤੇ ਵਾਲੀਬਾਲ 'ਚ ਵੀ ਖੋ ਖੋ 'ਚ ਵੀ ਕੀਤਾ ਮੈਂ ਸਾਰਿਆਂ 'ਚ ਕੀਤਾ ਮੈਂ ਮੈਨੂੰ ਸਾਰੀ ਚੀਜ਼ਾਂ ਅੱਛੀਆਂ ਲੱਗਦੀਆਂ ਮੈਨੂੰ ਭੰਗੜਾ ਪਾਉਣਾ ਤਾਂ ਉਹ ਬਹੁਤ ਅੱਛਾ ਲੱਗਦਾ ਸਭ ਤੋਂ ਅੱਛਾ ਮੈਨੂੰ ਭੰਗੜਾ ਪਾਉਣਾ ਲੱਗਦਾ ਭੰਗੜਾ ਪਾਉਣਾ ਮੇਰੇ ਲਾਈਫ ਹੈ ਮੈਨੂੰ ਅੱਛਾ ਲੱਗਦਾ ਉਹ ਮੈਂ ਜਿੱਥੇ ਵੀ ਵਿਆਹ ਹੁੰਦਾ ਜਿੱਥੇ ਵੀ ਕੁਛ ਹੁੰਦਾ ਬਰਾਤ ਹੁੰਦੀ ਹੈ ਉੱਧਰ ਮੈਂ ਭੰਗੜਾ ਪਾਉਣ ਲੱਗ ਜਾਂਦਾ ਮੈਂ ਆਪਣੇ ਉਸ 'ਚ ਵੀ ਪਾਇਆ ਸੀ ਪੰਜਾਬੀਆਂ ਦੀ ਸ਼ਾਨ ਵੱਖਰੀ ਅਤੇ ਮੈਂ ਉਸ 'ਚ ਪਾਇਆ ਸੀ ਆਪਣੇ ਉਹ ਆਪਣੇ ਬ੍ਰਦਰ ਦੇ ਵਿਆਹ 'ਚ ਸਾਰਿਆਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਸੈਣੀ ਹੈ ਅਸੀਂ ਇਸ ਟਾਈਮ ਯਮੁਨਾਨਗਰ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਮੈਂ ਇੱਥੇ ਇਜ਼ਜ਼ਤ ਕੰਪਨੀ ਦੇ ਵਿੱਚ ਕੰਮ ਕਰਦਾ ਅਤੇ ਗੁਰਕੀਰਤ ਬਚਪਨ ਤੋਂ ਹੀ ਇਸਨੂੰ ਡਾਂਸ ਦਾ ਸ਼ੌਂਕ ਸੀ ਗੁਰਕੀਰਤ ਨੇ ਪਲੇ ਸਕੂਲ ਤੋਂ ਹੀ ਸਟੇਜ 'ਤੇ ਜਾ ਕੇ ਗਰੁੱਪ ਡਾਂਸ ਦੇ ਵਿੱਚ ਪਰਫੋਰਮ ਕਰਨਾ ਸਟਾਰਟ ਕੀਤਾ ਸੀ ਅਤੇ ਗੁਰਕੀਰਤ ਨੇ ਸਟਾਰਟਿੰਗ ਤੋਂ ਹੀ ਡਾਂਸ ਦੇ ਵਿੱਚ ਇਸਦੀ ਮਤਲਬ ਅੱਛੇ ਸਕਿੱਲ ਸੀ ਵਧੀਆ ਸਕਿੱਲ ਸੀ ਅਤੇ ਇਹਦਾ ਇੰਟਰਸਟ ਵੀ ਸੀ ਅਤੇ ਪਲੇ ਸਕੂਲ ਤੋਂ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਜਨਰਲੀ ਗਰੁੱਪ ਡਾਂਸ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਗੁਰਕੀਰਤ ਲੋਕਡਾਊਨ ਆਉਣ ਕਰਕੇ ਜ਼ਰੂਰ ਬੱਚੇ ਸਾਰੇ ਬੱਚਿਆਂ ਦੇ ਲਈ ਚਲੋ ਇੱਕ ਰੁਕਾਵਟ ਜੀ ਆਈ ਸੀ ਸਾਰੇ ਬੱਚੇ ਆਪਣਾ ਮਤਲਬ ਐਕਸਪਲੋਰ ਨਹੀਂ ਕਰ ਪਾ ਰਹੇ ਸੀ ਆਪਣਾ ਸਕਿੱਲ ਵਗੈਰਾ ਪਰ ਜਦੋਂ ਅਸੀਂ ਇੱਥੇ ਸਟਾਰਟਿੰਗ 'ਚ ਕਿਉਂਕਿ ਗੁਰਕੀਰਤ ਨੇ ਆਪਣੀ ਜਿਹੜੀ ਸਕੂਲਿੰਗ ਸਟਾਰਟ ਕੀਤੀ ਸੀ ਉਹ ਅਸੀਂ ਪਹਿਲਾਂ ਫਰੀਦਾਬਾਦ ਰਹਿੰਦੇ ਸੀ ਉੱਥੋਂ ਸਟਾਰਟ ਕੀਤੀ ਸੀ ਇੱਥੇ ਯਮੁਨਾਨਗਰ ਅਸੀਂ ਟ੍ਰਾਂਸਫਰ ਹੋਏ 2021 ਦੇ ਵਿੱਚ ਇੱਥੇ ਆ ਕੇ ਨਵਾਂ ਸ਼ਹਿਰ ਸੀ ਸਭ ਕੁਛ ਅਤੇ ਪਰ ਮੇਰੀ ਇੱਕੋ ਹੀ ਗੱਲ ਹੈ ਕਿ ਸਾਰਾ ਜਿਹੜਾ ਰੋਲ ਹੈ ਗੁਰਕੀਰਤ ਦਾ ਕਿ ਉਸਨੂੰ ਡਾਂਸ ਦੇ ਲਈ ਉਸਨੂੰ ਟ੍ਰੇਨਿੰਗ ਦੇਣੀ ਭੰਗੜੇ ਦੀ ਟ੍ਰੇਨਿੰਗ ਦੇਣੀ ਉਹਦਾ ਕੋਸਟਿਊਮ ਦੇ ਲਈ ਜੋ ਵੀ ਸਟਰਗਲ ਕਰਨਾ ਉਹ ਸਭ ਐਕਚੁਲੀ ਉਹਦੇ ਮਦਰ ਦਾ ਹੈ ਮੇਰਾ ਤਾਂ ਚਲੋ ਇੱਕ ਮਿਨੀਮਮ ਰੋਲ ਹੈ ਪਰ ਉਹਦੇ ਮਦਰ ਦਾ ਸਭ ਤੋਂ ਜ਼ਿਆਦਾ ਰੋਲ ਹੈ ਉਹਨਾਂ ਨੇ ਮਤਲਬ ਕਿ ਸੋਰਸ ਆਊਟ ਕੀਤਾ ਵੀ ਕਿੱਥੇ ਮਤਲਬ ਕਿਸ ਅਕੈਡਮੀ ਭੰਗੜੇ ਦੀ ਜਿੱਥੇ ਇਸਨੂੰ ਗੁਰਕੀਰਤ ਨੂੰ ਡਾਂਸ ਸਿਖਾਉਣਾ ਇਹਦਾ ਕੋਸਟਿਊਮ ਕਿੱਥੋਂ ਮਤਲਬ ਕਿ ਡਿਸਾਈਡ ਉਹ ਕਰਨਾ ਹੈਗਾ ਡਿਜ਼ਾਇਨ ਕਰਨਾ ਗੁਰਕੀਰਤ ਸਿੰਘ ਦਾ ਨਾਨੂ ਮੈਂ ਨਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਡੇ ਬੱਚੇ ਤੇ ਬੜਾ ਮਾਣ ਹੈ ਇਹ ਸ਼ੁਰੂ ਤੋਂ ਹੀ ਛੋਟਾ ਹੁੰਦਾ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਲੈਂਦਾ ਸੀ ਔਰ ਜਦੋਂ ਕਿਤੇ ਬਰਾਤ ਇਸ ਏਰੀਏ ਦੀ ਲੰਘਣੀ ਸਾਡੇ ਘਰਾਂ ਕੋਲ ਦੀ ਇਹਨਾਂ ਭੰਗੜਾ ਪਾਉਣ ਲੱਗ ਪੈਣਾ ਇਹੋ ਜਿਹੇ ਕੰਮਾਂ ਵਿੱਚ ਪਹਿਲਾਂ ਤੋਂ ਹੀ ਰੁਚੀ ਰੱਖਦਾ ਸੀਗਾ ਹੁਣ ਇਹਨੇ ਕੇ ਕੇ ਐਚ ਡੀ ਟੀਮ ਦੇ ਵਿੱਚ ਚਲਾ ਗਿਆ ਉਹਦੇ ਵਿੱਚ ਇਹਨੇ ਬਹੁਤ ਸੋਹਣਾ ਪਰਫਾਰਮੈਂਸ ਕੀਤਾ ਅੱਗੇ ਵੀ ਕਰੇਗਾ ਸਾਨੂੰ ਇਹ 'ਤੇ ਬਹੁਤ ਮਾਣ ਹੈ ਸਾਨੂੰ ਕੇ ਕੇ ਐੱਚ ਡੀ ਟੀਮ 'ਤੇ ਵੀ ਬੜਾ ਮਾਣ ਹੈ ਅਤੇ ਸਾਡੇ ਬੱਚੇ ਨੂੰ ਅੱਗੇ ਵਧਾਇਆ ਔਰ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕੇ ਕੇ ਐੱਸ ਡੀ ਦੁਆਰਾ ਇਹ ਹੋਰ ਵੀ ਉੱਪਰ ਗਿਆ ਔਰ ਇਹ ਸ਼ੁਰੂ ਤੋਂ ਕਾਫੀ ਹੁਸ਼ਿਆਰ ਸੀ ਸਕੂਲ 'ਚ ਵੀ ਪੜ੍ਹਨ 'ਚ ਬਹੁਤ ਮਿਹਨਤੀ ਸੀ ਇਹਦੇ ਮੰਮੀ ਪਾਪਾ ਨੇ ਵੀ ਇਹਨੂੰ ਬਹੁਤ ਉਤਸ਼ਾਹਿਤ ਕੀਤਾ ਔਰ ਇਹਨਾਂ 'ਤੇ ਪੂਰੀ ਮਿਹਨਤ ਕਰੀ ਹੈ ਪੂਰੀ ਅੱਛੀ ਤਰ੍ਹਾਂ ਇਹਨਾਂ 'ਤੇ ਜ਼ੋਰ ਲਗਾ ਕੇ ਕੰਮ ਕਰ ਰਿਹਾ ਔਰ ਇਹ ਵੀ ਆਪਦਾ ਪੂਰਾ ਲਗਨ ਨਾਲ ਇਮਾਨਦਾਰੀ ਨਾਲ
हौसले नाल पूरी मेहनत नाल इसने काम किया है। तो असं KKSD द्वारा बहुत इन्हों के धनवादी हाँ क्योंकि हम फर्स्ट फाइनल च पहुँच गया। तो जिद नाल असं कहने भी ये होर भी उपर जाए और होर भी यदा मतलब उत्साहित हो खुश होइए परमात्मा ये वड्डी सारी उम्र करे और खुश रहे तंदुरुस्त रहे ये नाल दे अनु भी और KKSD द्वारा असं बहुत धनवादी हाँ उन्होंने बड़े सानू मान है जिन्होंने इन्हों इतों तक पहुँचाया। धन्यवाद जी। वाहेगुरू जी का खालसा वाहेगुरू जी की फतेह। परिवार नाल बिलोंग करते हैं। मेरे बेटा गुरकीरत सिंह को भंगड़ा पाना बहुत अच्छा लगता है। वो KKSD प्लेटफॉर्म पर बहुत अच्छा रोल अदा कर रहा है। हम फाइनल ग्रैंड फिनाले चला गया है। मैनू बहुत खुशी है कि वह ग्रैंड फिनाले चला गया है। उम्मीद है कि वह उतों भी जीत के आएगा। अगे डिपेंड करेगा कि वह किन्ना क परफॉर्म करता है। वैसे वह बहुत ज़्यादा शरारती और नोटी है, हाइपर एक्टिव भी है। स्कूल जो हमेशा शिकायत आदि रहते हैं कि हाइपर एक्टिव है, बच्चों तंग करता है। और वैसे बहुत अच्छा है। मैनू परमात्मा ने बहुत अच्छी मेन दात बख्शिश करी है गुरकीरत सिंह की। मैं बहुत खुश हाँ ये अनमोल हीरा पा के। मैनू बहुत खुशी होंगी है जो मैं अपने बेटे को स्टेज पर परफॉर्मेंस करते देखती हाँ तो मैं बड़ी अंदरों खुशी होंगी है कि मेरा बेटा इतने इस मुकाम पर पहुँचे है। मैं सब तो ज़्यादा धन्यवाद करती हाँ KKSD टीम का क्योंकि उन्होंने ही मेन इन्हों इतों तक पहुँचाया है। अगर ये प्लेटफॉर्म ना होंदा तो शायद वो इतों तक ना पहुँच पाता। मैं बहुत खुश हाँ गुरकीरत सिंह तो पढ़ाई विच भी बहुत होशियार है। वो मेरा मैं वो बहुत अच्छी फ्रेंड हाँ। वो मैनू हर गल शेयर करता है, हर गल हर एक चीज़ जो ओदी लाइफ च हो रही है, जो वो कहता है, जो करता है सब कुछ एट ए टाइम। मैं उन्हों बहुत ज़्यादा देखती हाँ। सारा दिन वो मेरे नाल ही रहिंदा है ज़्यादातर और सारा दिन खाना पीना रहना सहना खेलना मैं ओदे नाल खेलती नहीं हाँ। असी साइकिल चलाने कट्ठे एक्टिवा ते जाने घूमन लई बहुत इंजॉय करते हैं। मार्केट्स च भी वो मेरे नाल ही जाता है ज़्यादातर। मैनू बहुत खुशी है कि गुरकीरत इतों तक पहुँचे। गुरकीरत हिल स्टेशन जाना बड़ा पसंद है। वह कुफरी गया होया है, उत्थे उन्हें बर्फ नाल आइस नाल बहुत ज़्यादा प्ले किया सी। उत्थे शायद इन्हें चोट भी लग गई सी थोड़ा। होर्स ने मे बी होर्स ने राइडिंग की तो होर्स उत्थे बर्फ च गिर देंगे ने उत्थे चोट लग गई सी। और मैनू बहुत शौक वाली गल सी कि मेरे बेटे नू चोट लग गई है। एक मम्मी नू बहुत वो फील होंदा है जो बेटे नू एक चोट लग जाती है। तो मेन तो यही मेन ओदी बचपन की याद है जिहड़ी मैनू अज तक नहीं भुल पाई। बाकी गुरकीरत बहुत अच्छा है। सारे टीचर इन्हू बड़ा प्यार करते हैं स्कूल च, हर एक्टिविटी च अगे है। मैं चाहनी हाँ कि गुरकीरत गॉड ब्लैस यू इनू बहुत तरक्या देवे रब। ये अगे अगे मुकाम से पहुँचे, हर मंजिल नू पूरियां करे, हर मंजिल इनू प्राप्त होवे। महाराज ये सिर ते मेहर भरिया हाथ रखे, तंदुरुस्तियाँ देवे मेन क्योंकि साढ़े घर च यही एक अनमोल हीरा है, डायमंड कह सकते हैं आप। मैनू बहुत प्यारा है। मैनू बहुत खुशी है कि गुरकीरत इतों तक पहुँचे है। धन्यवाद जी। असी दोनों गुरकीरत दे मामा जी साढ़े वालों सब नूं प्यार भरी सत श्री अकाल। मैं KKSD टीम का धन्यवाद करना कि उन्होंने साढ़े बच्चे नूं मौका दिता। तो सानू भी बड़ा माण आ साढ़े बच्चे ते। तो जदों भी ये नानके आता तो बहुत ही शैतानी करता, बहुत ही नौटी बच्चा साडा, पर सानू तंग भी करता पर उन्ना ही सानू प्यारा भी हैगा। तो असी उम्मीद करते हैं कि KKSD का कॉन्टेस्ट विन करके जाएगा।
ਵਾਹਿਗੁਰੂ ਨੂੰ ਤਰੱਕੀਆਂ ਬਖਸ਼ੇ। ਸਾਨੂੰ ਬਹੁਤ ਮਾਣ ਹੈ ਆਪਣੇ ਪੁੱਤ 'ਤੇ। ਇਹ ਹਰ ਵੇਲੇ ਹੀ ਬਹੁਤ ਇੰਟੈਲੀਜੈਂਟ ਰਿਹਾ, ਸ਼ੁਰੂ ਤੋਂ ਛੋਟਾ ਹੁੰਦਾ ਹੀ ਬਹੁਤ ਇੰਟੈਲੀਜੈਂਟ ਸੀਗਾ। ਇਹ ਹਰੇਕ ਚੀਜ਼ 'ਚ ਪਾਰਟ ਲੈਂਦਾ ਸੀਗਾ, ਜਿੱਦਾਂ ਕਿ ਸ਼ਿਵ ਜੀ ਦਾ ਰੋਲ ਕੀਤਾ ਇਹਨੇ, ਕ੍ਰਿਸ਼ਨ ਜੀ ਦਾ ਕੀਤਾ, ਹੋਰ ਵੀ ਬਹੁਤ ਪਾਰਟ ਲਏ ਨੇ ਡਾਂਸ 'ਚੋਂ, ਐਂਡ ਬਥੇਰੇ ਥਾਵਾਂ 'ਤੇ ਇਹਨੇ ਵਿਨ ਵੀ ਕੀਤਾ ਹੈ। ਸਾਨੂੰ ਬਹੁਤ ਮਾਣ ਹੈ, ਐਂਡ KKH ਜੀ ਦਾ ਮੈਂ ਸਭ ਤੋਂ ਵੱਧ ਧੰਨਵਾਦ ਦੀ ਹਾਂ, ਬਿਕੋਜ਼ ਉਹਨਾਂ ਨੇ ਇਹਨੂੰ ਬਹੁਤ ਉਤਸ਼ਾਹਿਤ ਕੀਤਾ, ਐਂਡ ਅੱਗੇ ਵਧਣ ਲਈ ਬਹੁਤ ਉਤਸ਼ਾਹਿਤ ਕੀਤਾ। ਸੋ ਅਸੀਂ ਉਹਨਾਂ ਦੇ ਸਭ ਤੋਂ ਵੱਧ ਧੰਨਵਾਦ ਦੀ ਹਾਂ। ਚੱਕ ਦੀ ਪੁੱਤ ਫੱਟੇ ਬੋਲੇ ਸੋ ਨਿਹਾਲ। ਮੈਨੂੰ ਹੋਰ ਵੀ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ ਹੈ, ਪਰ ਮੈਨੂੰ ਸਕੇਟਿੰਗ ਵੀ ਅੱਛੀ ਲੱਗਦੀ ਹੈ। ਮੈਂ ਸਕੇਟਿੰਗ ਵੀ ਕੀਤਾ ਸੀ ਇੰਡੀਪੈਂਡੈਂਸ ਡੇ 'ਤੇ, ਸਕੇਟਿੰਗ 'ਤੇ ਸਟੰਟ ਮਾਰੇ ਸੀ ਅਤੇ ਸਾਈਕਲ ਵੀ ਚਲਾਇਆ ਸੀ ਮੈਂ ਉਸ 'ਚ, ਅਤੇ ਮੈਂ KKH ਜੀ 'ਚ ਜਦੋਂ ਫਸਟ ਆਇਆ ਸੀ ਫਸਟ ਡੇ, ਅਤੇ ਫਸਟ ਡੇ ਉਹਨਾਂ ਨੇ ਕਿਹਾ ਸੀ ਮੈਨੂੰ ਕਿ ਚਲੋ ਬੇਟਾ ਜੀ ਤੁਸੀਂ ਭੰਗੜਾ ਪਾਓ, ਅਤੇ ਮੈਂ ਉਸ 'ਚ ਰੰਗਲਾ ਪੰਜਾਬ ਚੁਣਿਆ ਅਤੇ ਰੰਗਲਾ ਪੰਜਾਬ 'ਚ ਮੈਂ ਭੰਗੜਾ ਪਾਇਆ। ਉਹਨਾਂ ਨੇ ਮੈਨੂੰ ਸਿਲੈਕਟ ਕਰਿਆ, ਮੈਨੂੰ ਉਹਨਾਂ ਨੇ ਅੱਗੇ ਪਹੁੰਚਾਇਆ, ਮੈਨੂੰ ਉਹਨਾਂ ਨੇ ਆਪਣੇ ਭੰਗੜੇ 'ਚ ਲਿੱਤਾ ਅਤੇ ਮੈਂ ਐਕਟਰ ਬਣਨਾ। ਮੇਰਾ ਸੁਪਨਾ ਸੀਗਾ ਕਿ ਮੈਂ ਐਕਟਰ ਬਣ ਜਾ ਅਤੇ ਮੈਂ TV 'ਚ ਆ ਜਾ, ਅਤੇ ਮੈਨੂੰ ਉਹਨਾਂ ਨੇ ਪੂਰਾ ਕੀਤਾ ਅਤੇ ਮੈਨੂੰ ਅੱਜ ਗ੍ਰੈਂਡ ਫਿਨਾਲੇ, ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਗ੍ਰੈਂਡ ਫਿਨਾਲੇ ਤੱਕ ਪਹੁੰਚ ਗਿਆ। ਮੈਨੂੰ ਸੈਮੀਫਾਈਨਲ ਅਤੇ ਕੁਆਟਰ ਫਾਈਨਲ ਵੀ ਮੈਂ ਕਰ ਲਿਆ। ਮੈਨੂੰ ਲੱਗਦਾ ਕਿ ਮੇਰੇ ਵਿੱਚ ਕੋਈ ਟੈਲੈਂਟ ਹੈ ਜਿਹੜਾ ਮੈਂ ਇਸ ਕਰਕੇ ਪਹੁੰਚ ਗਿਆ, ਕਿਉਂਕਿ ਇਸ ਇਹ ਕਰਕੇ ਤਾਂ ਕੋਈ ਨਹੀਂ ਪਹੁੰਚ ਸਕਦਾ। ਬਾਕੀ ਹੈਗੀ ਗੁਰਕੀਰਤ ਸਟਾਰਟਿੰਗ ਤੋਂ ਮਤਲਬ ਸ਼ਰਾਰਤੀ ਬੱਚਾ ਰਿਹਾ। ਸਾਨੂੰ ਸਕੂਲ ਤੋਂ ਬਚਪਨ ਤੋਂ ਹੀ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਵੀ ਇਹ ਸਕੂਲ ਦੇ ਵਿੱਚ ਬਾਕੀ ਬੱਚਿਆਂ ਨੂੰ ਤੰਗ ਕਰਦਾ, ਅਤੇ ਮਤਲਬ ਕਿ ਜਿਵੇਂ ਕਿਸੇ ਦੀ ਕਲਾਸ ਤੋਂ ਬਾਹਰ ਪੈਨਸਲਾਂ ਸੁੱਟਣੀਆਂ, ਕਿਸੇ ਬੱਚਿਆਂ ਨਾਲ ਮਤਲਬ ਕਿ ਚਲੋ ਘੁਲਣਾ ਤਾਂ ਚਲੋ ਬੱਚਿਆਂ ਦਾ ਆਮ ਗੱਲ ਹੈ, ਪਰ ਇਹ ਹੋਰ ਵੀ ਚੀਜ਼ਾਂ ਜਿਵੇਂ ਉਹ ਡੈਸਕ 'ਤੇ ਚੜ੍ਹ ਕੇ ਭੰਗੜਾ ਪਾਉਂਦਾ ਹੁੰਦਾ ਸੀ, ਅਤੇ ਛੋਟੇ ਹੁੰਦੇ ਜਿਵੇਂ ਕਲਾਸ ਦੇ ਵਿੱਚ ਆਇਆ ਵਗੈਰਾ, ਮਤਲਬ ਜਿਹੜੀਆਂ ਬੱਚਿਆਂ ਦੇ ਲਈ ਮਤਲਬ ਰੱਖੀਆਂ ਬੱਚਿਆਂ ਨੂੰ ਮਤਲਬ ਮੈਨੇਜ ਕਰਨ ਦੇ ਲਈ ਜਿਹੜੀਆਂ, ਅਤੇ ਉਹ ਆਇਆ ਸਾਨੂੰ ਦੱਸਦੀ ਹੁੰਦੀ ਸੀ ਕਿ ਇਹ ਡੈਸਕ ਦੇ ਉੱਤੇ ਚੜ੍ਹ ਕੇ ਭੰਗੜਾ ਪਾਉਂਦਾ ਜੀ, ਡਾਂਸ ਕਰਦਾ ਹੈਗਾ ਸਾਰਾ ਕੁਛ। ਅਤੇ ਸ਼ਰਾਰਤੀ ਤਾਂ ਇਹ ਬਚਪਨ ਤੋਂ ਹੀ ਰਿਹਾ, ਪਰ ਮੇਰਾ ਮੰਨਣਾ ਇਹ ਹੈ ਕਿ ਜੇ ਸ਼ਰਾਰਤੀ ਰਿਹਾ ਪਰ ਪੜ੍ਹਾਈ ਦੇ ਵਿੱਚ ਵੀ ਇਸਦੇ ਨਾਲ ਦੀ ਨਾਲ ਐਵੇਂ ਕੀਤੀ ਗੱਲ ਨਹੀਂ ਹੈ ਕਿ ਇਸਨੇ ਡਾਂਸ ਦੇ ਵੱਲ ਹੀ ਧਿਆਨ ਗਿਆ ਇਸਦਾ, ਇਹ ਪੜ੍ਹਾਈ ਦੇ ਵਿੱਚ ਵੀ ਠੀਕ ਹੈ, ਸੈਟਿਸਫੈਕਟਰੀ ਹੈ ਇਸਦੀ ਪਰਫੋਰਮੈਂਸ, ਅਤੇ ਬਾਕੀ ਕਿਸਮੇ ਕਿਤਨਾ ਹੈ ਦਮ ਦਾ, ਸਾਨੂੰ ਜੋ ਰੈਫਰੈਂਸ ਮਿਲਿਆ ਉਹ ਸਕੂਲ ਤੋਂ ਹੀ ਮਿਲਿਆ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਗੁਰਕੀਰਤ ਨੇ ਮਤਲਬ ਕਿ ਕਿਸਮੇ ਕਿਤਨਾ ਦਮ ਦੇ ਥਰੂ ਇਸਨੂੰ ਵਧੀਆ ਪਲੇਟਫਾਰਮ ਮਿਲਿਆ ਭੰਗੜੇ ਦੇ ਵਿੱਚ ਜਾ ਕੇ ਉੱਥੇ ਪਾਰਟੀਸਪੇਟ ਕਰਕੇ, ਜੋ ਇਸਨੇ ਮਤਲਬ ਕਿ ਆਪਣੀ ਪਰਫੋਰਮੈਂਸ ਦਿਖਾਈ ਮੇਰੇ ਵੱਲੋਂ। ਅਤੇ ਦੇਖੋ ਮਾਂ ਬਾਪ ਦਾ ਤਾਂ ਆਸ਼ੀਰਵਾਦ ਹੁੰਦਾ ਹੀ ਹੁੰਦਾ, ਅਤੇ ਪੂਰੀ ਸਪੋਰਟ ਤਾਂ ਸਾਡਾ ਫਰਜ਼ ਹੈ ਹੀ ਹੈ ਜੋ ਅਸੀਂ ਕਰਨਾ, ਅਤੇ ਇਸ ਤੋਂ ਇਲਾਵਾ ਮਤਲਬ ਕਿ ਸਾਡੀ ਤਾਂ ਮਹਾਰਾਜ ਅੱਗੇ ਬਾਬੇ ਨਾਨਕ ਅੱਗੇ ਇਹੀ ਅਰਦਾਸ ਹੈ ਕਿ ਗੁਰਕੀਰਤ ਅੱਗੇ ਵਧੇ ਹਰ ਪਲੇਟਫਾਰਮ ਦੇ ਵਿੱਚ, ਚਾਹੇ ਡਾਂਸ ਹੈ, ਚਾਹੇ ਸਟੱਡੀਜ਼ ਹੈ, ਚਾਹੇ ਕੋਈ ਵੀ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਹੈ। ਹੁਣ ਇਹ ਡਾਂਸ ਦੇ ਵਿੱਚ ਕਿਸਮੇ ਕਿਤਨਾ ਦਮ ਦੇ ਤਰੀ ਹੁਣ ਗੁਰਕੀਰਤ ਤੋਂ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਗਿਆ, ਅਤੇ ਉੱਥੇ ਜਾ ਕੇ ਸਾਡੀ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਅਤੇ ਸਾਡਾ ਆਸ਼ੀਰਵਾਦ ਹੈ, ਅਤੇ ਪਰਮਾਤਮਾ ਇਸਨੂੰ ਮਤਲਬ ਅੱਗੇ ਚੱਲ ਕੇ ਬਲ ਬਖਸ਼ੇ, ਅਤੇ ਇਸਨੇ ਉੱਥੇ ਜਾ ਕੇ ਵਧੀਆ ਪਰਫੋਰਮ ਕਰੇ। ਅਤੇ ਕਿਉਂਕਿ ਮੇਰੇ ਮੁਤਾਬਿਕ ਪਰਫੋਰਮ ਕਰਨਾ ਸਟੇਜ 'ਤੇ ਜਾ ਕੇ ਇੱਕ ਬਹੁਤ ਬੜੀ ਗੱਲ ਹੁੰਦੀ ਹੈ ਬੱਚੇ ਦੇ ਲਈ, ਜਿਤਨਾ ਹਾਰਨਾ ਤਾਂ ਚਲੋ ਇੱਕ ਅਲੱਗ ਚੀਜ਼ ਹੈ, ਪਰ ਉਸਨੇ ਜਾ ਕੇ ਜੋ ਪਰਫੋਰਮ ਕਰਨਾ ਅਤੇ ਇੱਕ ਉਹ ਇੱਕ ਮੇਨ ਚੀਜ਼ ਹੁੰਦੀ ਹੈ ਇਸ ਉਮਰ ਦੇ ਵਿੱਚ, ਜੋ ਮਤਲਬ ਇਸ ਕਿਉਂਕਿ 8 ਸਾਲ ਦਾ ਬੱਚਾ ਜੇ ਸਟੇਜ 'ਤੇ ਜਾ ਕੇ ਪਰਫੋਰਮ ਕਰ ਰਿਹਾ ਇਸ ਲੈਵਲ 'ਤੇ, ਉਹ ਮੇਰੇ ਲਈ ਬਹੁਤ ਬੜੀ ਗੱਲ ਹੈ। ਅਤੇ ਮੈਂ ਮਤਲਬ ਕਿ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ, ਇਹੀ ਮੇਰੀ ਪਰਮਾਤਮਾ ਦੇ ਅੱਗੇ ਬੇਨਤੀ ਹੈ ਕਿ ਬੱਚੇ ਨੂੰ ਅੱਗੇ ਮਤਲਬ ਹਰ ਫੀਲਡ ਦੇ ਵਿੱਚ, ਜੇ ਚਾਹੇ ਪੜ੍ਹਾਈ ਹੋਵੇ, ਚਾਹੇ ਐਕਸਟਰਾ ਕਰੀਕੁਲਰ ਹੋਵੇ, ਜਿੱਥੇ ਵੀ ਜਾਣਾ ਚਾਹੁੰਦਾ ਬੱਚੇ ਨੂੰ ਹਰ ਫੀਲਡ ਦੇ ਵਿੱਚ ਤਰੱਕੀਆਂ ਦੇਵੇ ਅਤੇ ਬੱਚੇ ਨੂੰ ਕਾਮਯਾਬ ਬਣਾਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦਿਸ ਇਜ਼ ਮੀਸ਼ੂ ਪਾਂਡੇ, ਆਈ ਲਿਵ ਇਨ ਯਮੁਨਾਨਗਰ। I teach in Mukan Lal Public School and I teach Gurkirat more than 2 years. I teach all subjects. He has interest in study, but he has keen interest in dance also. God bless him. Ye aage aur jaye, isko aur tarakki de bhagwan, aur yahi meri shubhkamna hai iske sath. This is your chapter 17, Discovering of Fire. Isme hum padhenge what is who is early man and how he discover early man. Who is early man, you know? Yes, then tell me.
हाँ अर्ली मैन वॉज दैट हु आर लिव इन जंगल एंड ही फाइंड आउट द डिस्कवरी ऑफ फायर. ठीक है. द लाइफ ऑफ अर्ली मैन वॉज वेरी डिफरेंट फ्रॉम द लाइफ वी लीड. ही हैड टू फेस मैनी डिफिकल्टीज. यानी कि इसमें हम क्या पढ़ रहे हैं, अर्ली मैन के बारे में पढ़ रहे हैं, आदि मानव के बारे में पढ़ रहे हैं कि उन्होंने कैसे कैसे अपनी लाइफ को और थोड़ा इम्प्रूव किया. कैसे ही हैड फेस मैनी डिफिकल्टीज. उन्होंने अपनी लाइफ में काफ़ी सारी मुश्किलों का सामना किया. अर्ली मैन लिव्ड इन जंगल. वो कहाँ रहते थे, जंगल में रहते थे. वी वर फुल ऑफ जंगल विच वर फुल ऑफ वाइल्ड एनिमल्स. और वो किससे भरा होता था, वाइल्ड एनिमल्स मीन्स जंगली जानवरों से. ही लिव्ड इन केव्स एंड ऑन ट्री. और वो कहाँ रहते थे, केव्स मतलब गुफाओं में और जंगल और ट्रीज मतलब कि पेड़ों पर रहते थे. ही डिड नॉट हैव एनी वीपन्स. वीपन्स क्या होता है, हमारे पास हाँ, यानी कि उनके पास हथियार नहीं थे टू प्रोटेक्ट हिमसेल्फ फ्रॉम दीज एनिमल्स. यानी कि उनके पास ऐसे हथियार नहीं थे जिनसे वो अपने आप को प्रोटेक्ट कर सकें. नेक्स्ट ही हैड नो क्लोथ्स. यस ही हैड नो क्लोथ्स टू वियर. यानी कि उनके पास हाँ गुरकीरत मैं खुद हूँ 6 महीने तो आ रहे डांस सीखन और भंगड़ा अपना करता है. बेसिक अपना 3 महीने का बेसिक होंगे इन से जो कि 1 महीने से कैच कर लिया है. इनकी कैचिंग पावर बहुत बढ़िया है कि मैं वाहेगुरु जी के अरदास करता हूँ कि अपना फाइनल जीत के आए और अपना बेस्ट दे. मेरा नाम रोहित राजपूत है और मैं हरियाणा से 1 2 3 4 5 6 7 8 1 2 3 4 5 6 7 8 1 2 3 4 5 6 7 8.